ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤੈਨਾਤ ਏਐਸਆਈ ਹਰਜੋਤ ਸਿੰਘ ਢਿੱਲੋਂ ਨੂੰ ਜੀਵਨ ਦੀ ਲੰਮੇਰੀ ਪਾਰੀ ਨਸੀਬ ਨਹੀਂ ਹੋਈ। ਉਸ ਦੀ ਕਥਿਤ ਭੇਦਭਾਵ ਦੀ ਮੌਤ ਨੇ ਸਾਬਕਾ ਮੁੱਖ ਮੰਤਰੀ ਸਮੇਤ ਬਾਦਲ ਪਿੰਡ ਦੀਆਂ ਫਿਜ਼ਾਵਾਂ ਨੂੰ ਗਮਗੀਨ ਕਰ ਦਿੱਤਾ। ਹਰਜੋਤ ਸਿੰਘ ਸਾਬਕਾ ਮੁੱਖ ਮੰਤਰੀ ਦਾ ਬੇਹੱਦ ਕਰੀਬੀ ਅਤੇ ਉਹ ਬਤੌਰ ਨਿੱਜੀ ਸਕੱਤਰ ਵੀ ਵਿਚਰਦਾ ਸੀ। ਉਸ ਦੀ ਮੌਤ ਨਾਲ ਜੁੜੇ ਤਿੰਨ ਚਾਰ ਨੁਕਤੇ ਪਿੰਡ ਵਾਸੀਆਂ ਦੇ ਦਿਮਾਗ ਵਿੱਚ ਸਵਾਲ ਬਣ ਕੇ ਚੁੱਭ ਰਹੇ ਨੇ। ਪਿੰਡ ਵਾਸੀ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਹਰਜੋਤ ਸਿੰਘ ਕਦੇ ਵੀ ਇਕੱਲਾ ਪਿੰਡੋਂ ਬਾਹਰ ਨਹੀਂ ਜਾਂਦਾ ਸੀ। ਦੂਸਰੀ ਗੱਲ, ਬਠਿੰਡਾ ਦੇ ਜਿਹੜੇ ਖੇਤਰ ਵਿੱਚ ਨਹਿਰ ਵਿੱਚੋਂ ਘੱਟ ਪਾਣੀ 'ਚੋਂ ਖੜ੍ਹੀ ਸਕਾਰਪੀਓ ਗੱਡੀ ਮਿਲੀ ਹੈ, ਉੱਥੇ ਹਰਜੋਤ ਦੇ ਜਾਣ ਦਾ ਕੋਈ ਮਤਲਬ ਹੀ ਨਹੀਂ ਸੀ। ਹੋਰ ਤਾਂ ਹੋਰ ਨਹਿਰ ਵਿੱਚ ਘੱਟ ਪਾਣੀ ਵਿੱਚੋਂ ਖੜ੍ਹੀ ਸਕਾਰਪੀਓ ਗੱਡੀ ਦਾ ਸਹੀ ਸਲਾਮਤ ਮਿਲਣਾ ਅਤੇ ਕਾਫੀ ਅਗਾਂਹ ਤੋਂ ਹਰਜੋਤ ਦੀ ਲਾਸ਼ ਦੀ ਬਰਾਮਦਗੀ ਸ਼ੰਕਿਆਂ ਨੂੰ ਹੋਰ ਵਧਾਉਂਦੀ ਹੈ। ਉਹਨਾਂ ਆਖਿਆ ਕਿ ਰਾਤ ਨੂੰ ਉਸ ਦੀ ਦੇਖਭਾਲ ਵਿੱਚ ਗਏ ਨੌਜਵਾਨਾਂ ਦੇ ਲਾਸ਼ ਮਿਲਣ ਵਾਲੀ ਜਗ੍ਹਾ 'ਤੇ ਵੀ ਪਾਲ ਕੀਤੀ ਸੀ, ਪਰ ਸਵੇਰੇ ਉਸ ਜਗ੍ਹਾ ਤੋਂ ਲਾਸ਼ ਮਿਲਣ ਕਰਕੇ ਹਰਜੋਤ ਸਿੰਘ ਨਾਲ ਵਾਪਰੀ ਵੱਡੀ ਘਟਨਾ ਨੂੰ ਬਿਆਨ ਕਰਦਾ ਹੈ। ਇਸ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਸਰਪੰਚ ਜਾਵਰਜੰਗ ਸਿੰਘ ਦਾ ਕਹਿਣਾ ਸੀ ਕਿ ਹਰਜੋਤ ਸਿੰਘ ਸਾਊ ਸੁਭਾਅ ਦਾ ਸੀ, ਇਸ ਪਰਿਵਾਰ 'ਤੇ ਕੁਦਰਤ ਦੀ ਕਰੋਪੀ ਹੀ ਹੋ ਰਹੀ ਹੈ। ਪਹਿਲਾਂ 2007 ਵਿੱਚ ਉਸਦੇ ਪਿਤਾ ਏਐਸਆਈ ਗੁਰਜੰਟ ਸਿੰਘ ਦੀ ਮੌਤ ਹੋ ਗਈ ਸੀ, ਫਿਰ ਉਸਦੇ ਚਾਚੇ ਤਾਏ ਵੀ ਤੁਰ ਗਏ। ਪਿਛਲੇ ਮਹੀਨੇ ਉਸਦੇ ਦਾਦਾ ਮਲਾਗਰ ਸਿੰਘ ਦੀ ਮੌਤ ਅਤੇ ਹੁਣ ਇਸ ਅਣਹੋਣੀ ਨੇ ਪਰਿਵਾਰ ਦਾ ਲੱਕ ਤੋੜ ਦਿੱਤਾ ਹੈ। ਸੂਤਰਾਂ ਅਨੁਸਾਰ ਸੁਰੱਖਿਆ ਕਰਮੀ ਦੀ ਲਾਸ਼ ਹਾਦਸੇ ਵਾਲੀ ਥਾਂ ਤੋਂ 1 ਕਿਲੋਮੀਟਰ ਦੂਰੀ 'ਤੇ ਮਿਲੀ ਹੈ। ਘਟਨਾ ਦਾ ਪਤਾ ਚੱਲ ਰਹੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਹਸਪਤਾਲ ਵਿੱਚ ਪੁੱਜ ਗਏ। ਥਾਣਾ ਕੈਂਟ ਦੇ ਮੁਖੀ ਨਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਹਰਜੋਤ 4 ਕਮਾਂਡੋ ਬਟਾਲੀਅਨ ਦਾ ਕਰਮਚਾਰੀ ਸੀ ਅਤੇ ਉਸਦੀ ਗੱਡੀ ਬੀਤੀ ਸ਼ਾਮ 4 ਵਜੇ ਦੇ ਕਰੀਬ ਨਹਿਰ ਵਿੱਚ ਡਿੱਗੀ ਸੀ। ਇਸ ਘਟਨਾ ਦੀ ਉਹ ਜਾਂਚ ਕਰ ਰਹੇ ਨੇ। ਉਹਨਾਂ ਦੱਸਿਆ ਕਿ ਉਸਦਾ ਵਿਆਹ 2018 ਵਿੱਚ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ 5 ਮਹੀਨੇ ਦੀ ਬੱਚੀ ਛੱਡ ਗਿਆ। ਪੁਲਿਸ ਨੇ ਮ੍ਰਿਤਕ ਦੇ ਭਰਾ ਨਵਦੀਪ ਸਿੰਘ ਦੇ ਬਿਆਨ ਦੇ ਆਧਾਰ 'ਤੇ 174 ਦੀ ਕਾਰਵਾਈ ਕਰਕੇ ਲਾਸਟ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਬਿਊਰੋ ਰਿਪੋਰਟ, ਆਵਾਜ਼ ਗਮ ਟੀਵੀ।